ਸਤਿ ਸ਼੍ਰੀ ਅਕਾਲ ਏਸ਼ੀਆ ਟੀਵੀ ਵੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਤੇ ਆਓ ਚਾਤ ਮਾਰਦੇ ਆਂ ਅੱਜ ਦੀਆਂ ਕੁਝ ਚੋਣਵੀਆਂ ਖਬਰਾਂ ਤੇ। ਜਲੰਧਰ ਇੰਪਰੂਵਮੈਂਟ ਟਰੱਸਟ ਦੀ ਆਡਿਟ ਰਿਪੋਰਟ ਲੈ ਕੇ ਜਲੰਧਰ ਪਹੁੰਚੇ ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਰੀਬ 200 ਕਰੋੜ ਰੁਪਏ ਦੇ ਘੁਟਾਲੇ ਦਾ ਖੁਲਾਸਾ ਕੀਤਾ। ਸਿੱਧੂ ਨੇ ਕਿਹਾ ਕਿ ਬਾਜ਼ਾਰੀ ਕੀਮਤਾਂ ਦੇ ਹਿਸਾਬ ਨਾਲ ਇਹ 200 ਕਰੋੜ ਰੁਪਏ ਦਾ ਘੁਟਾਲਾ ਹੈ ਤੇ ਜੇਕਰ ਕਲੈਕਟਰ ਰੇਟ ਵੀ ਵੇਖੀਏ ਤਾਂ ਘੁਟਾਲਾ 100 ਕਰੋੜ ਦਾ ਨਿਕਲਦਾ ਹੈ। ਇਸ ਮੌਕੇ ਜਲੰਧਰ ਵਿੱਚ ਬੀਜੇਪੀ ਵਰਕਰਾਂ ਨੇ ਸਿੱਧੂ ਖਿਲਾਫ ਡਿਵੈਲਪਮੈਂਟ ਦੇ ਕੰਮ ਨਾ ਹੋਣ ਤੇ ਨਾਰੇਬਾਜ਼ੀ ਵੀ ਕੀਤੀ। ਇਸ ਮੌਕੇ ਸਿੱਧੂ ਨੇ ਕਿਹਾ ਕਿ ਪਿਛਲੀ ਸਰਕਾਰ ਵਿੱਚ ਸਿੰਗਲ ਐਂਟਰੀ ਸਿਸਟਮ ਨਾਲ ਸਾਰਾ ਕੰਮ ਹੁੰਦਾ ਰਿਹਾ ਹੈ ਜਿਸ ਨੂੰ ਸੁਪਰੀਮ ਕੋਰਟ ਵੀ ਨਹੀਂ ਮੰਨਦੀ। ਅੰਮ੍ਰਿਤਸਰ ਦੇ ਫੋਰੈਂਸਿਕ ਆਡਿਟ ਵਿੱਚ 250 ਕਰੋੜ ਰੁਪਏ ਦੀ ਗੜਬੜੀ ਮਿਲੀ ਸੀ। ਇਸ ਵਿੱਚ 78 ਕਰੋੜ ਉਹ ਸਨ ਜਿਹੜੇ ਕਿ ਖਾਤੇ ਵਿੱਚ ਪਏ ਰਹੇ ਅਤੇ ਅਫਸਰ ਕਮਿਸ਼ਨ ਖਾਂਦੇ ਰਹੇ। ਇੱਥੋਂ ਤੱਕ ਕਿ ਕਿਸੇ ਨੇ ਆਪਣੀ ਭਾਬੀ ਦੇ ਨਾਂ ਤੇ ਵੀ ਪੈਸਾ ਜਮ੍ਹਾਂ ਕਰਵਾ ਲਿਆ। ਸਿੱਧੂ ਨੇ ਅਫਸਰਾਂ ਨੂੰ ਸਿਸਟਮ ਠੀਕ ਕਰਨ ਲਈ ਇੱਕ ਹਫ਼ਤੇ ਦਾ ਸਮਾਂ ਦਿੰਦਿਆਂ ਕਿਹਾ ਕਿ ਇਸ ਤੋਂ ਬਾਅਦ ਸਸਪੈਂਸ਼ਨ ਦੇ ਆਰਡਰ ਹੋਣਗੇ। ਫੋਰੈਂਸਿਕ ਆਡਿਟ ਜਿਹੜਾ ਕਿ ਗ੍ਰੈਂਡ ਥੌਂਟਨ ਕੰਪਨੀ ਵੱਲੋਂ ਅਸੀਂ ਕਰਵਾ ਰਹੇ ਸੀ ਉਹ ਆਲਮੋਸਟ ਮੁਕੰਮਲ ਹੋਣ 'ਤੇ ਆਇਆ। ਇੱਕ ਅੰਮ੍ਰਿਤਸਰ ਅਤੇ ਇੱਕ ਜਲੰਧਰ, ਕਰੀਬ 250 ਕਰੋੜ ਰੁਪਈਏ ਦੀ ਡਿਸਕ੍ਰੀਪੀਐਂਸੀ ਇਹਦੇ ਵਿੱਚ ਪਾਈ ਗਈ ਹੈ। ਮੋਟੀ ਮੋਟੀ ਜਿਹੜੀ ਅੰਮ੍ਰਿਤਸਰ ਦੀ ਉਹ ਹੈ 78 ਕਰੋੜ ਰੁਪਈਆ, ਐਂਡ ਆਈ ਵਿਲ ਗੋ ਸਟੈਪ ਬਾਈ ਸਟੈਪ। 78 ਕਰੋੜ ਰੁਪਈਆ ਸੇਵਿੰਗ ਅਕਾਊਂਟ 'ਚ ਰੱਖਿਆ ਗਿਆ 10 ਸਾਲ ਤੋਂ। ਅਗਰ ਤੁਸੀਂ 10 ਸਾਲ ਪਹਿਲਾਂ ਦਾ ਕਰੰਟ ਅਕਾਊਂਟ 'ਚ ਅਗਰ ਤੁਸੀਂ 10 ਸਾਲ ਪਹਿਲਾਂ ਜਿਹੜਾ ਇੰਟਰਸਟ ਰੇਟ ਹੈ, ਅਗਰ ਤੁਸੀਂ ਉਸ ਇੰਟਰਸਟ ਰੇਟ ਨੂੰ ਹੀ ਲੈ ਕੇ ਚੱਲੋ ਤਾਂ 10 ਤੋਂ 11% 12 ਤੱਕ ਵੀ ਮਿਲਿਆ ਉਦੋਂ, ਅਤੇ ਇਟ ਵੁੱਡ ਹੈਵ ਡਬਲਡ ਇਨ 5.5 ਈਅਰਸ। ਅਗਰ ਤੁਸੀਂ FDR ਰੱਖਦੇ, FDR ਤੋਂ ਅੱਗੇ ਤਾਂ ਤੁਸੀਂ ਕਿਸੇ ਵੀ ਉਸ ਦੇ ਵਿੱਚ ਰੱਖਦੇ ਤਾਂ ਇਟ ਵੁੱਡ ਹੈਵ ਡਬਲਡ, ਮਤਲਬ 78 ਕਰੋੜ ਅੱਜ 200 ਕਰੋੜ ਹੁੰਦਾ, 200 ਕਰੋੜ ਮਿਨੀਮਮ। ਉਹਦੇ ਵਿੱਚ ਇਹ ਪਾਇਆ ਗਿਆ ਕਿ ਕਮਿਸ਼ਨਾਂ ਲੈਂਦੇ ਰਹੇ ਆ, ਦੇਰ ਇਜ਼ ਅ ਸਟ੍ਰੇਟ ਕਮਿਸ਼ਨ ਵਿਚ ਇਜ਼ ਐਲੋਕੇਟਡ ਐਂਡ ਦੀ ਮਨੀਜ਼ ਵਰ ਕੈਪਟ ਇਨ ਕਰੰਟ ਅਕਾਊਂਟਸ। ਉਹਦਾ ਕੋਈ ਤੁੱਕ ਹੀ ਨਹੀਂ ਬਣਦਾ। ਅੱਜ ਵੀ 500 ਸਾਲ ਪੁਰਾਣਾ ਸਿਸਟਮ ਚੱਲ ਰਿਹਾ, ਸਿੰਗਲ ਐਂਟਰੀ ਸਿਸਟਮ, ਮਤਲਬ ਇੰਗਲੈਂਡ ਯੂਰਪ ਦੇ ਵਿੱਚ 450 ਤੋਂ 500 ਸਾਲ ਪਹਿਲਾਂ ਡਬਲ ਐਂਟਰੀ ਸਿਸਟਮ ਸ਼ੁਰੂ ਹੋ ਗਿਆ ਸੀ। ਸਾਡੇ ਇੰਪਰੂਵਮੈਂਟ ਟਰੱਸਟਾਂ ਦੇ ਵਿੱਚ, ਸਾਡੀ ਕਾਰਪੋਰੇਸ਼ਨ ਦੇ ਵਿੱਚ ਅੱਜ ਵੀ ਸਿੰਗਲ ਐਂਟਰੀ ਸਿਸਟਮ ਹੈ, ਹਾਲੇ ਤੱਕ ਵੀ ਹੈਵ ਨੋਟ ਸਵਿਚਡ ਓਵਰ। ਦੀ ਇੰਸਟਰਕਸ਼ਨ ਇਜ਼ ਗੋਇੰਗ ਟੂ ਬੀ ਮੈਂਡੇਟਰੀ ਦੈਟ ਵੀ ਕੈਨੋਟ ਹੈਵ ਮੋਰ ਦੈਨ 5 ਅਕਾਊਂਟਸ ਇਨ ਅ ਕਾਰਪੋਰੇਸ਼ਨ। ਕਿਤੇ ਕਿਤੇ 150 ਅਕਾਊਂਟ ਹੈ, ਕਿਤੇ ਕਿਤੇ 70 ਅਕਾਊਂਟ ਹੈ, ਕਿਤੇ ਕਿਤੇ 100 ਅਕਾਊਂਟਾਂ 'ਚੋਂ ਘੁਮਾ ਕੇ ਆਪਣੀਆਂ ਭਾਬੀਆਂ ਦੇ ਨਾਂ ਦੇ ਉੱਤੇ ਅਕਾਊਂਟ ਜਮ੍ਹਾਂ ਪੈਸੇ ਜਮ੍ਹਾਂ ਕਰਾਤੇ। ਇਨ ਦੀ ਲਾਸਟ 10 ਈਅਰਸ ਦੇਰ ਆਰ ਨੋ ਕੈਸ਼ ਬੁੱਕਸ, ਕਿਸੇ ਵੀ ਕੈਸ਼ ਬੁੱਕ ਦਾ ਡੇਲੀ ਅਕਾਊਂਟ ਨਹੀਂ ਹੈ, ਵੀਕਲੀ ਅਕਾਊਂਟ ਨਹੀਂ ਹੈ। ਦੀਜ਼ ਆਰ ਕਾਲਡ ਆਡਿਟ ਬੁੱਕਸ, ਆਡਿਟ ਬੁੱਕਸ ਕਹੀਦੇ ਇਹਨਾਂ ਨੂੰ, ਵਾਟ ਯੂ ਕਾਲ ਦੈਮ, ਕੈਸ਼ ਬੁੱਕ ਔਰ ਆਡਿਟ ਬੁੱਕਸ। ਨਾ ਤਾਂ ਡੇਲੀ ਅਕਾਊਂਟ ਹੈ, ਨਾ ਵੀਕਲੀ ਅਕਾਊਂਟ ਹੈ, ਅਤੇ ਨਾ ਮੰਥਲੀ ਅਕਾਊਂਟ ਹੈ। ਨਿਊਯਾਰਕ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਸੰਯੁਕਤ ਰਾਸ਼ਟਰ ਮਹਾਸਭਾ ਦੇ ਉਦਘਾਟਨ ਸੈਸ਼ਨ ਵਿੱਚ ਆਪਣੀਆਂ ਹੀ ਤਾਰੀਫਾਂ ਦੇ ਪੁੱਲ ਬਣਦੇ ਦਿਖਾਈ ਦਿੱਤੇ। ਇਸ ਦੌਰਾਨ ਟਰੰਪ ਬਿਨਾਂ ਗੁਰੂ ਕੇ ਆਪਣੇ ਬਾਰੇ ਹੀ ਬੋਲੀ ਜਾ ਰਹੇ ਸਨ। ਟਰੰਪ ਨੇ ਆਪਣੇ ਵੱਲੋਂ ਕੀਤੇ ਵਿਕਾਸ ਦੀ ਸਿਫਤ ਕਰਦਿਆਂ ਕਿਹਾ ਕਿ ਮੇਰਾ ਸ਼ਾਸਨ ਕਾਲ ਉਹ ਚੀਜ਼ਾਂ ਕੀਤੀਆਂ ਗਈਆਂ ਨੇ ਜੋ ਅਮਰੀਕਾ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਕੀਤੀਆਂ ਗਈਆਂ। ਟਰੰਪ ਦੀਆਂ ਇਹਨਾਂ ਗੱਲਾਂ ਤੋਂ ਬਾਅਦ ਹਾਲ ਠਹਾਕਿਆਂ ਨਾਲ ਗੂੰਜ ਉੱਠਿਆ।
ਜਿਸ ਤੋਂ ਬਾਅਦ ਟਰੰਪ ਨੇ ਝਜਕਦਿਆਂ ਕਿਹਾ ਕਿ ਉਹਨਾਂ ਨੂੰ ਅਜਿਹੀ ਪ੍ਰਤੀਕਿਰਿਆ ਦੀ ਉਮੀਦ ਨਹੀਂ ਸੀ। ਹਾਲਾਂਕਿ ਟਰੰਪ ਨੇ ਇਸ ਤੇ ਸਫਾਈ ਦਿੰਦਿਆਂ ਕਿਹਾ ਕਿ ਮਹਾਸਭਾ ਦੌਰਾਨ ਤਮਾਮ ਦੇਸ਼ਾਂ ਦੇ ਨੁਮਾਇੰਦਿਆਂ ਦਾ ਜੋ ਹਾਸਾ ਪੂਰੀ ਦੁਨੀਆ ਨੇ ਸੁਣਿਆ ਉਹ ਉਹਨਾਂ ਲਈ ਨਹੀਂ ਸੀ। Today I stand before the United Nations General Assembly to share the extraordinary progress we've made. We are standing up for America and for the American people, and we are also standing up for the world. From Warsaw to Brussels to Tokyo to Singapore, it has been my highest honor to represent the United States abroad. Sovereign and independent nations are the only vehicle where freedom has ever survived. And so we must protect our sovereignty and our cherished independence above all. Only when each of us does our part and contributes our share can we realize the UN's highest aspirations. So together, let us choose a future of patriotism, prosperity and pride, and let us come here to this place to stand for our people and their nation. ਲੰਡਨ ਇੱਕ ਬ੍ਰਿਟਿਸ਼ ਸਿੱਖ ਮਹਿਲਾ ਨੂੰ ਬ੍ਰਿਟੇਨ ਦੀ ਅਦਾਲਤ ਨੇ 2 ਸਾਲ ਦੀ ਸਜ਼ਾ ਸੁਣਾਈ ਹੈ। ਮਹਿਲਾ ਤੇ ਦੋਸ਼ ਸਨ ਕਿ ਉਸਨੇ ਆਪਣੀ ਸਾਬਕਾ ਹਿੰਦੂ ਪ੍ਰੇਮੀ ਤੇ ਉਸਦੇ ਪਰਿਵਾਰ ਨੂੰ ਪਰੇਸ਼ਾਨ ਕਰਨ ਲਈ ਨਸਲੀ ਟਿੱਪਣੀਆਂ ਕੀਤੀਆਂ ਤੇ ਗਊ ਮਾਸ ਪੈਕ ਕਰਕੇ ਉਹਨਾਂ ਦੇ ਦਰਵਾਜ਼ੇ ਤੇ ਰੱਖ ਦਿੱਤਾ। ਪੀੜਤ ਪਰਿਵਾਰ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਬਦਲੇ ਸੁਣਵਾਈ ਵਿੱਚ ਮਹਿਲਾ ਖਿਲਾਫ ਲਗਾਏ ਗਏ ਦੋਸ਼ ਸਹੀ ਸਾਬਤ ਹੋਏ। ਦੱਖਣ ਪੱਛਮੀ ਇੰਗਲੈਂਡ ਦੀ ਸਵਿੰਡਾਨ ਕਰਾਊਨ ਦੀ ਅਦਾਲਤ ਨੇ ਮੰਗਲਵਾਰ ਨੂੰ ਅਮਨਦੀਪ ਮਠਾੜੂ ਨੂੰ ਦੋਸ਼ੀ ਠਹਿਰਾਉਂਦਿਆਂ 2 ਸਾਲ ਦੀ ਸਜ਼ਾ ਸੁਣਾਈ। ਸੁਣਵਾਈ ਦੌਰਾਨ ਜਸਟਿਸ ਰੋਬਰਟ ਪਾਵਸੋਨ ਨੇ ਅਮਨਦੀਪ ਨੂੰ ਕਿਹਾ ਕਿ ਧਾਰਮਿਕ ਪਿੱਠਭੂਮੀ ਦੇ ਆਧਾਰ ਤੇ ਲੋਕ ਆਮ ਤੌਰ ਤੇ ਆਪਣੇ ਜਿਹੇ ਲੋਕਾਂ ਦੀ ਤਲਾਸ਼ ਕਰਦੇ ਨੇ, ਭਾਵੇਂ ਉਹ ਰੱਬ ਵਿੱਚ ਸ਼ਰਧਾ ਦੀ ਗੱਲ ਹੋਵੇ ਜਾਂ ਮਨੁੱਖੀ ਵਿਵਹਾਰ ਦੀ, ਪਰ ਤੁਹਾਡੇ ਮਾਮਲੇ ਵਿੱਚ ਅਜਿਹੀ ਗੱਲ ਨਜ਼ਰ ਨਹੀਂ ਆਈ। ਤੁਹਾਡਾ ਵਿਵਹਾਰ ਭੜਕਾਉਣ ਅਤੇ ਡਰਾਉਣ ਵਾਲਾ ਸੀ। ਅਦਾਲਤ ਵਿੱਚ ਦੱਸਿਆ ਗਿਆ ਕਿ ਅਮਨਦੀਪ ਨੇ ਆਪਣੇ ਸਾਬਕਾ ਪ੍ਰੇਮੀ ਦੇ ਪਰਿਵਾਰ ਤੇ ਲਗਾਤਾਰ ਹਮਲੇ ਕੀਤੇ ਅਤੇ ਇਤਰਾਜ਼ਯੋਗ ਸ਼ਬਦਾਵਲੀ ਵੀ ਬੋਲੀ ਅਤੇ ਫੋਨ ਤੇ ਧਮਕੀਆਂ ਵੀ ਦਿੱਤੀਆਂ। ਭਾਰਤੀ ਹਵਾਈ ਸੈਨਾ ਦੇ ਉਪ ਮੁਖੀ ਏਅਰ ਮਾਰਸ਼ਲ ਐਸ ਬੀ ਦਿਓ ਦੇ ਪੱਟ ਵਿੱਚ ਬੁੱਧਵਾਰ ਗੋਲੀ ਲੱਗ ਗਈ। ਸੂਤਰਾਂ ਮੁਤਾਬਕ ਉਹਨਾਂ ਦੇ ਆਪਣੇ ਹੀ ਹੱਥੋਂ ਚੱਲੀ ਇਹ ਗੋਲੀ ਉਹਨਾਂ ਦੇ ਵੱਜੀ। ਦੱਸਿਆ ਜਾ ਰਿਹਾ ਹੈ ਕਿ ਸਰਵਿਸ ਰਿਵੋਲਵਰ ਜਾਮ ਹੋਣ ਕਰਕੇ ਗੋਲੀ ਚੱਲੀ। ਇੱਕ ਅਧਿਕਾਰੀ ਨੇ ਦੱਸਿਆ ਕਿ ਏਅਰ ਮਾਰਸ਼ਲ ਨੂੰ ਤੁਰੰਤ ਸੈਨਿਕ ਹਸਪਤਾਲ ਲਿਜਾਇਆ ਗਿਆ ਜਿੱਥੇ ਸਰਜਰੀ ਤੋਂ ਬਾਅਦ ਉਹਨਾਂ ਦੀ ਹਾਲਤ ਸਥਿਰ ਹੈ। ਉਹਨਾਂ ਜੁਲਾਈ ਵਿੱਚ ਹਵਾਈ ਸੈਨਾ ਦੇ ਉਪ ਮੁਖੀ ਦਾ ਅਹੁਦਾ ਸੰਭਾਲਿਆ ਸੀ। ਏਅਰ ਮਾਰਸ਼ਲ ਦਿਓ ਨੇ ਫਾਈਟਰ ਪਾਇਲਟ ਦੇ ਤੌਰ ਤੇ 15 ਜੂਨ 1979 ਵਿੱਚ ਹਵਾਈ ਸੈਨਾ ਕਮਿਸ਼ਨ ਲਿਆ ਸੀ। ਉਹ ਨੈਸ਼ਨਲ ਡਿਫੈਂਸ ਅਕਾਦਮੀ ਦੇ ਡਿਫੈਂਸ ਸਰਵਿਸਿਜ਼ ਸਟਾਫ ਕਾਲਜ ਵੈਲਿੰਗਟਨ ਦੇ ਵਿਦਿਆਰਥੀ ਰਹਿ ਚੁੱਕੇ ਨੇ। ਹਿਮਾਚਲ ਪ੍ਰਦੇਸ਼ ਵਿੱਚ ਬੀਤੇ 2 ਦਿਨਾਂ ਤੋਂ ਬਰਫ਼ਬਾਰੀ ਜਾਰੀ ਹੈ। ਹਾਲਾਤ ਕਾਫੀ ਖਰਾਬ ਹੋ ਚੁੱਕੇ ਨੇ। ਕਈ ਥਾਈਂ ਸੜਕਾਂ ਤੇ ਬਰਫ਼ ਜੰਮ ਜਾਣ ਨਾਲ ਸੈਲਾਨੀ ਫਸੇ ਹੋਏ ਨੇ। ਇਕੱਲੇ ਲਾਹੌਲ ਸਪੀਤੀ ਜ਼ਿਲ੍ਹੇ ਵਿੱਚ ਫਸੇ 650 ਤੋਂ ਜ਼ਿਆਦਾ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੇ ਬਾਵਜੂਦ 1000 ਤੋਂ ਵੱਧ ਲੋਕ ਫਸੇ ਹੋਏ ਨੇ। ਬਾਹਰ ਕੱਢੇ ਗਏ ਲੋਕਾਂ ਵਿੱਚ 5 ਵਿਦੇਸ਼ੀ ਵੀ ਸ਼ਾਮਲ ਨੇ। ਬੀਤੇ 2 ਦਿਨਾਂ ਵਿੱਚ ਫਸੇ ਹੋਏ 3 ਲੋਕਾਂ ਦੀ ਮੌਤ ਵੀ ਹੋ ਗਈ ਹੈ, ਜਿਸ ਵਿੱਚ ਇੱਕ ਗਰਭਵਤੀ ਮਹਿਲਾ ਵੀ ਸ਼ਾਮਲ ਸੀ। ਸੁਲਤਾਨਪੁਰ ਲੋਧੀ ਹਲਕੇ ਅੰਦਰ ਪੈਂਦੇ ਮੰਡ ਖੇਤਰ ਦੇ ਪਿੰਡ ਆਲੀ ਕਲਾਂ ਨੇੜੇ ਦਰਿਆ ਬਿਆਸ ਤੇ ਬਣਾਏ ਗਏ ਐਡਵਾਂਸ ਪੰਨ ਵਿੱਚ ਪਾੜ ਪੈ ਗਿਆ ਹੈ, ਜਿਸ ਕਾਰਨ ਕਿਸਾਨਾਂ ਦੇ ਝੋਨੇ ਦੀ ਫਸਲ ਡੁੱਬਣੀ ਸ਼ੁਰੂ ਹੋ ਗਈ ਹੈ। ਉੱਥੇ ਹੀ ਹਾਲਾਤਾਂ ਨੂੰ ਵੇਖਦੇ ਸੰਤ ਸੀਚੇਵਾਲ ਵੱਲੋਂ ਆਪਣੇ ਸੇਵਕਾਂ ਤੇ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ ਪਾੜ ਨੂੰ ਬੰਦ ਕਰਨ ਲਈ ਕਾਰ ਸੇਵਾ ਜੰਗੀ ਪੱਧਰ ਤੇ ਜਾਰੀ ਕੀਤੀ ਗਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਹਨਾਂ ਨੇ ਬਿਆਸ ਦਰਿਆ ਦੇ ਪਾਣੀ ਕਾਰਨ ਕਿਸਾਨਾਂ ਦੀਆਂ ਖਰਾਬ ਹੋਈਆਂ ਫਸਲਾਂ ਦਾ ਵੀ ਸਰਵੇਖਣ ਕੀਤਾ ਅਤੇ ਪੀੜਿਤ ਕਿਸਾਨਾਂ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਦੌਰੇ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਇਲਾਕਿਆਂ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ। ਮਜੀਠਾ ਹਲਕੇ ਵਿੱਚ ਮਿਲੀ ਜਿੱਤ ਤੋਂ ਬਾਅਦ ਸ਼ੁਕਰਾਨਾ ਕਰਨ ਲਈ ਬਾਬਾ ਬੁੱਢਾ ਸਾਹਿਬ ਨਤਮਸਤਕ ਹੋਣ ਪਹੁੰਚੇ ਬਿਕਰਮ ਸਿੰਘ ਮਜੀਠੀਆ ਨੇ ਸੱਤਾਧਾਰੀ ਸਰਕਾਰ ਤੇ ਗੰਭੀਰ ਦੋਸ਼ ਲਗਾਏ ਨੇ। ਜੀ ਹਾਂ, ਆਪਣੀ ਗਲਤ ਫੋਟੋ ਸੋਸ਼ਲ ਮੀਡੀਆ ਤੇ ਅਪਲੋਡ ਹੋਣ ਤੋਂ ਬਾਅਦ ਮਜੀਠੀਆ ਨੇ ਬਿਆਨ ਦਿੰਦਿਆਂ ਇਸ ਨੂੰ ਵਿਰੋਧੀ ਪਾਰਟੀ ਕਾਂਗਰਸ ਦੀ ਸਾਜ਼ਿਸ਼ ਕਰਾਰ ਦਿੱਤਾ। ਉਹਨਾਂ ਕਿਹਾ ਕਿ ਕਾਂਗਰਸ ਉਹਨਾਂ ਨੂੰ ਹਰਾ ਨਹੀਂ ਸਕੀ, ਇਸ ਕਾਰਨ ਉਹ ਸੋਸ਼ਲ ਮੀਡੀਆ ਤੇ ਉਹਨਾਂ ਦੀਆਂ ਫੋਟੋਆਂ ਨੂੰ ਐਡਿਟ ਕਰਕੇ ਵਾਇਰਲ ਕਰ ਰਹੇ ਨੇ, ਜਿਸ ਦੀ ਉਹ ਨਿੰਦਾ ਕਰਦੇ ਨੇ। ਕਿਸੇ ਨਾ ਕਿਸੇ ਵਿਵਾਦ ਵਿੱਚ ਘਿਰੇ ਰਹਿਣ ਵਾਲੀ ਪੰਜਾਬ ਪੁਲਿਸ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹੈ। ਜੀ ਹਾਂ, ਇਨੀ ਦਿਨੀ ਸੋਸ਼ਲ ਮੀਡੀਆ ਤੇ ਪੰਜਾਬ ਪੁਲਿਸ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਚੱਲਦੀ ਕਾਰ ਵਿੱਚ ਪੁਲਿਸ ਵਾਲਿਆਂ ਨੂੰ ਝੂਮਦੇ ਵੇਖਿਆ ਜਾ ਸਕਦਾ ਹੈ। ਇਹ ਵੀਡੀਓ ਪੰਜਾਬ ਦੇ ਲੁਧਿਆਣਾ ਦੀ ਦੱਸੀ ਜਾ ਰਹੀ ਹੈ। ਸਰਦਾਰਾਂ ਦੇ ਹੱਥ ਜੋੜ ਮਾਫੀਆ, ਹੱਥ ਜੋੜ ਮਾਫੀਆ।
ਆਉਂਦੀ 7 ਤਰੀਕ ਨੂੰ ਜਿੱਥੇ ਪੰਜਾਬ ਦੀ ਸੱਤਾਧਾਰੀ ਸਰਕਾਰ ਕਾਂਗਰਸ ਅਤੇ ਸਾਬਕਾ ਸਰਕਾਰ ਅਕਾਲੀ ਦਲ ਦੇ ਵੱਲੋਂ ਇੱਕ ਦੂਜੇ ਦੇ ਗੜ ਦੇ ਵਿੱਚ ਬੜਕਾ ਮਾਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਉੱਥੇ ਹੀ ਲੰਬੀ ਵਿੱਚ ਰੈਲੀ ਕਰਨ ਤੋਂ ਪਹਿਲਾਂ ਹੀ ਕਾਂਗਰਸੀ ਜਾਖੜ ਦੀ ਹਾਜ਼ਰੀ ਵਿੱਚ ਛਿੱਤਰੋ ਛਿੱਤਰੀ ਹੁੰਦੇ ਨਜ਼ਰ ਆਏ। ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਕਾਫੀ ਵਾਇਰਲ ਹੋ ਰਹੀ ਹੈ। ਖਬਰਾਂ ਦੇ ਬੁਲੇਟਿਨ ਨਾਲ ਬਣੇ ਰਹਿਣ ਲਈ ਧੰਨਵਾਦ।